ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਪੰਜਾਬ ਸਰਕਾਰ ਵੱਲੋਂ ਸੂਬੇ ਭਰ 'ਚ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਕਾਂਗਰਸੀ ਆਗੂ ਦਾਰਾ ਸਿੰਘ ਰਾਏ ਨੂੰ ਮਾਰਕੀਟ ਕਮੇਟੀ ਗੁਰਾਇਆਂ ਦਾ ਚੇਅਰਮੈਨ ਅਤੇ ਰਾਮ ਲੁਭਾਇਆ ਨੂੰ ਉਪ ਚੇਅਰਮੈਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸੀ ਆਗੂ ਮੱਖਣ ਸਿੰਘ ਖਹਿਰਾ ਨੂੰ ਮਾਰਕੀਟ ਕਮੇਟੀ ਫਲੋਰ ਦਾ ਚੇਅਰਮੈਨ ਬਣਾਇਆ ਗਿਆ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਫਲੋਰ ਦੇ ਇੰਚਾਰਜ ਚੌਧਰੀ ਵਿਕਰਮਜੀਤ ਸਿੰਘ ਨੇ ਗੁਰਾਇਆ ਮਾਰਕੀਟ ਕਮੇਟੀ ਦੇ ਨਵੇਂ ਚੇਅਰਮੈਨ ਦਾਰਾ ਸਿੰਘ ਰਾਏ, ਉਪ ਚੇਅਰਮੈਨ ਰਾਮ ਲੁਭਾਇਆ ਅਤੇ ਮਾਰਕੀਟ ਕਮੇਟੀ ਫਲੋਰ ਦੇ ਚੇਅਰਮੈਨ ਮੱਖਣ ਸਿੰਘ ਖਹਿਰਾ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਬੋਲਦਿਆਂ ਚੌਧਰੀ ਵਿਕਰਮਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਮਿਹਨਤੀ ਵਰਕਰਾਂ ਦੀ ਕਦਰ ਕਰਦੀ ਹੈ, ਜੋ ਇਹਨਾਂ ਨੂੰ ਸੇਵਾ ਦਿੱਤੀ ਹੈ ਇਹ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਦਾਰਾ ਸਿੰਘ ਰਾਏ ਅਤੇ ਮੱਖਣ ਸਿੰਘ ਖਹਿਰਾ ਨੇ ਕਾਂਗਰਸ ਹਾਈ ਕਮਾਂਡ MP ਚੌਧਰੀ ਸੰਤੋਖ ਸਿੰਘ ਅਤੇ ਵਿਕਰਮਜੀਤ ਚੌਧਰੀ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਕਾਂਗਰਸ ਰੁੜਕਾ ਕਲਾਂ ਦੇ ਪ੍ਰਧਾਨ ਰਕੇਸ਼ ਦੁੱਗਲ ਨੇ ਕਿਹਾ ਕਿ ਦਾਰਾ ਸਿੰਘ ਰਾਏ ਹਮੇਸ਼ਾ ਹੀ ਪਾਰਟੀ ਲਈ ਦਿਨ ਰਾਤ ਮਿਹਨਤ ਕਰਦੇ ਹਨ, ਜਿਸ ਕਰਕੇ ਹਾਈ ਕਮਾਂਡ ਨੇ ਇਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਇਸ ਮੌਕੇ ਦਵਿੰਦਰ ਸਿੰਘ ਲਸਾੜਾ, ਪੰਮਾ ਅਕਲਪੁਰ, ਰਵੀ ਸ਼ੰਕਰ, ਨੰਬਰਦਾਰ ਗੜਾ, ਮੋਨੂ ਪੰਡਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ। ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਵੱਡੇ ਚੌਧਰੀ ਸਾਹਿਬ ਨੇ ਉਹਦਾ ਮੈਨੂੰ ਸੰਭਾਲਿਆ ਹੈ, ਵਿਕਰਮਜੀਤ ਚੌਧਰੀ ਨੇ ਸੰਭਾਲਿਆ ਹੈ, ਕੈਪਟਨ ਸਾਹਿਬ ਨੇ ਸਾਨੂੰ ਜ਼ਿੰਮੇਵਾਰੀਆਂ ਦਿੱਤੀਆਂ ਹਨ, ਅਸੀਂ ਇਹਨਾਂ ਦਾ ਪੂਰਾ ਸਹਿਯੋਗ ਦੇ ਨਾਲ ਚੱਲਾਂਗੇ। ਇਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ, ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਜੋ ਸਾਰੇ ਚੇਅਰਮੈਨ ਨੋਟ ਕੀਤੇ ਹਨ, ਬਹੁਤ ਬਹੁਤ ਧੰਨਵਾਦ। ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਾਂਗਰਸ ਹਾਈ ਕਮਾਂਡ ਦਾ, ਮੁੱਖ ਮੰਤਰੀ ਕੈਪਟਨ ਜੀ ਦਾ, ਸੂਬਾ ਪ੍ਰਧਾਨ ਸੁਨੀਲ ਜਾਖੜ ਜੀ, MP ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਜੀ, ਹਲਕਾ ਫਲੋਰ ਇੰਚਾਰਜ ਚੌਧਰੀ ਵਿਕਰਮਜੀਤ ਸਿੰਘ ਜੀ, ਜਿਨ੍ਹਾਂ ਨੇ ਅੱਜ ਮੈਨੂੰ ਕ੍ਰਿਸਮਸ ਦੇ ਦਿਹਾੜੇ 'ਤੇ ਗ੍ਰਹਿ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ, ਅਤੇ ਇਹ ਮੇਰਾ ਇਹੀ ਪ੍ਰਣ ਰਹੂਗਾ ਕਿ ਜੋ ਜ਼ਿੰਮੇਵਾਰੀਆਂ ਉਹਨਾਂ ਨੇ ਮੈਨੂੰ ਸੌਂਪੀਆਂ, ਮੈਂ ਉਹਨਾਂ ਦਾ 'ਤੇ ਖਰਾ ਉਤਰਾਂ। ਹਰ ਕਿਸਾਨ ਦੀ ਪ੍ਰੋਬਲਮ, ਕਿਸੇ ਵੀ ਜੋ ਵੀ ਮੇਰੇ ਅਹੁਦੇ ਦੇ ਅਧੀਨ ਆਉਂਦੀਆਂ, ਮੈਂ ਸਾਰਿਆਂ ਨੂੰ ਪ੍ਰੋਬਲਮਾਂ ਦਾ, ਲੋਕਾਂ ਦੀਆਂ ਦਾ ਆਪਣੇ ਤਨੋ ਮਨੋ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ, ਅਤੇ ਹਾਈ ਕਮਾਂਡ ਦੇ ਭਰੋਸੇ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ। ਹਾਂਜੀ ਭਾਅ ਜੀ, ਮੈਂ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਔਰ ਚੌਧਰੀ ਵਿਕਰਮਜੀਤ ਸਿੰਘ ਜੀ ਹਲਕਾ ਇੰਚਾਰਜ, ਔਰ ਸਾਡੇ MP ਚੌਧਰੀ ਸੰਤੋਖ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਬਹੁਤ ਹੀ ਸੂਝਵਾਨ ਔਰ ਕਾਂਗਰਸ ਦੇ ਬਹੁਤ ਅੱਛੇ ਵਰਕਰ ਦਾਰਾ ਸਿੰਘ ਰਾਏ ਔਰ ਮੱਖਣ ਸਿੰਘ ਖਹਿਰਾ ਜੀ ਨੂੰ ਫਲੋਰ ਅਤੇ ਗੁਰਾਇਆਂ ਦੇ ਚੇਅਰਮੈਨ ਨਿਯੁਕਤ ਕੀਤਾ। ਬੜੇ ਹੀ ਸੂਝਵਾਨ ਵਰਕਰ ਔਰ ਕਾਂਗਰਸ ਪ੍ਰਤੀ ਬਹੁਤ ਹੀ ਜ਼ਿੰਮੇਵਾਰ ਬੰਦੇ, ਜਿਹੜੇ ਬੜੀ ਦੇਰ ਤੋਂ ਇਹ ਕਾਂਗਰਸ ਦੀ ਸੇਵਾ ਕਰ ਰਹੇ ਆ, ਔਰ ਇਹਨਾਂ ਨੂੰ ਇਹਨਾਂ ਸਿਰ ਜਿਹੜਾ ਭਾਰ ਪਾਇਆ ਅੱਜ, ਇਹ ਮੈਂ ਸਮਝਦਾ ਆਪਣੀ ਪੂਰੀ ਤਨਦੇਹੀ ਦੇ ਨਾਲ ਇਹ ਨਿਭਾਉਣਗੇ, ਔਰ ਜਿਹੜੀਆਂ ਕਾਂਗਰਸ ਦੀਆਂ ਨੀਤੀਆਂ ਆ, ਕਾਂਗਰਸ ਦੀਆਂ ਜਿਹੜੀਆਂ ਨੀਤੀਆਂ ਉਸਨੂੰ ਹੋਰ ਅੱਗੇ ਲੈ ਕੇ ਜਾਣਗੇ। ਮੈਂ ਫਿਰ ਇੱਕ ਵਾਰੀ ਚੌਧਰੀ ਸੰਤੋਖ ਸਿੰਘ ਜੀ ਦਾ ਔਰ ਚੌਧਰੀ ਵਿਕਰਮਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦੀ ਹਾਂ। ਜੈ ਹਿੰਦ। ਕਾਂਗਰਸ ਨੇ ਮਾਰਕੀਟ ਕਮੇਟੀ ਚੇਅਰਮੈਨ ਬਣਾਇਆ। ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਮਾਨਯੋਗ ਮੈਂਬਰ ਪਾਰਲੀਮੈਂਟ ਜਲੰਧਰ
ਚੌਰੀ ਸੰਤੋਖ ਸਿੰਘ, ਸਾਡੇ ਸੂਬਾ ਪ੍ਰਧਾਨ ਸੁਨੀਲ ਜਾਖੜ ਜੀ, ਸਾਰਿਆਂ ਦਾ, ਸਾਰੇ ਹੀ ਸਤਿਕਾਰਯੋਗ ਲੀਡਰਾਂ ਦਾ ਮੈਂ ਵਿਧਾਨ ਸਭਾ ਹਲਕਾ ਫਲੌਰ ਵੱਲੋਂ ਕੋਟਨ ਕੋਟ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੇ ਹਲਕੇ ਦੇ ਜਿਹੜੇ ਜੁਝਾਰੂ ਕਾਂਗਰਸ ਦੇ ਵਰਕਰ ਸੀ ਜਿਨ੍ਹਾਂ ਨੇ ਲੰਬਾ ਅਰਸਾ ਪਾਰਟੀ ਦੀ ਸੇਵਾ ਕੀਤੀ ਹੈ, ਉਹਨਾਂ ਨੂੰ ਅੱਜ ਦੇ ਕ੍ਰਿਸਮਸ ਦੇ ਸ਼ੁਭ ਦਿਹਾੜੇ 'ਤੇ ਕੈਪਟਨ ਸਾਹਿਬ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਔਰ ਵਾਈਸ ਚੇਅਰਮੈਨ ਔਰ ਮੈਂਬਰਸ ਨਿਯੁਕਤ ਕੀਤਾ ਹੈ। ਮੈਂ ਸਮੁੱਚੇ ਇਲਾਕੇ ਵੱਲੋਂ ਲੀਡਰਸ਼ਿਪ ਦਾ ਜਿੱਥੇ ਧੰਨਵਾਦ ਕਰਦਾ, ਉੱਥੇ ਆਸ ਕਰਦਾ ਕਿ ਜਿਸ ਉਮੀਦ ਨਾਲ ਇਹਨਾਂ ਸਾਰਿਆਂ ਨੂੰ ਲੀਡਰਸ਼ਿਪ ਨੇ, ਮੁੱਖ ਮੰਤਰੀ ਸਾਹਿਬ ਨੇ ਇਹ ਜ਼ਿੰਮਾ ਸੌਂਪਿਆ ਹੈ, ਇਹ ਆਪਣਾ ਇੱਕ ਇੱਕ ਪਲ ਸਮਾਜ ਨੂੰ ਅੱਗੇ ਲਿਜਾਣ ਵਾਸਤੇ, ਇਲਾਕੇ ਨੂੰ ਅੱਗੇ ਲਿਜਾਣ ਵਾਸਤੇ ਇਸ ਚੇਅਰ 'ਤੇ ਬੈਠ ਕੇ ਆਪਣਾ ਰੋਲ ਵਧੀਆ ਤਰੀਕੇ ਨਾਲ ਪੂਰਾ ਕਰਨਗੇ। ਮੈਂ ਜਿੱਥੇ ਇਹਨਾਂ ਨੂੰ ਵਧਾਈ ਦਿੰਦਾ, ਉੱਥੇ ਇਲਾਕੇ ਨੂੰ ਅੱਜ ਦੇ ਸ਼ੁਭ ਦਿਹਾੜੇ ਕ੍ਰਿਸਮਸ ਦੀ ਵੀ ਲੱਖ ਲੱਖ ਵਧਾਈ ਦਿੰਦਾ ਔਰ ਆਸ ਕਰਦਾ ਹਾਂ ਕਿ ਪਰਮਾਤਮਾ ਆਪਣਾ ਇਲਾਕੇ ਦਾ, ਆਪਣੇ ਸੂਬੇ ਦਾ, ਆਪਣੇ ਦੇਸ਼ ਦਾ ਆਉਣ ਵਾਲਾ ਜਿਹੜਾ ਨਵਾਂ ਸਾਲ ਉਹ ਖੁਸ਼ੀਆਂ ਭਰਿਆ ਹੋਵੇ, ਆਪਸੀ ਭਾਈਚਾਰਾ, ਪ੍ਰੇਮ ਔਰ ਜੋ ਇੱਕ ਏਕਤਾ, ਯੂਨਿਟੀ ਦਾ ਜੋ ਇੱਕ ਮੈਸੇਜ ਹੈ ਉਹ ਨਵੇਂ ਸਾਲ ਵਿੱਚ ਹਰ ਇਲਾਕੇ ਵਿੱਚ, ਹਰ ਕੋਨੇ ਵਿੱਚ ਪਹੁੰਚਾਇਆ ਜਾਵੇ। ਨਵੇਂ ਚੇਅਰਮੈਨ ਕਦੋਂ ਅਹੁਦਾ ਸੰਭਾਲਣਗੇ? ਇਹਨਾਂ ਦੀ ਨੋਟੀਫਿਕੇਸ਼ਨ ਹੋ ਗਈ ਹੈ, ਬਹੁਤ ਜਲਦ ਦੋਨੋਂ ਹੀ ਚੇਅਰਮੈਨ ਔਰ ਵਾਈਸ ਚੇਅਰਮੈਨ ਨੂੰ ਅਸੀਂ ਚਾਰਜ ਦੇਵਾਂਗੇ ਔਰ ਇਹ ਇਲਾਕੇ ਦਾ ਕੰਮ ਕਰਨਾ ਸ਼ੁਰੂ ਕਰਨਗੇ।